then after he will die. You know, he will kill the police. But he will kill the police. Roshan Deen is a friend of the Mommy Khan Deen. He is a friend of the Mommy Khan Deen. He is a friend of the Mommy Khan Deen. I am ਇਹ ਗੱਲ ਕਰ ਮੈਨਾਂ ਵਾਇਦਾ ਕਰ ਵੇ ਮੈਂ ਗਿਆ ਤੂੰ ਪਿੱਛੇ ਨਾ ਕੋਈ ਬੇਮਾਨੀ ਕਰਨ ਲਗਾ ਤੇ ਨਾ ਕੂੜ ਬੋਲ ਲਗਾ ਸੱਚੀ ਜ਼ਿੰਦਗੀ ਦੇ ਦਾਸੇ ਮੀ ਤੇ ਹੁਣ ਫਰਿਸ਼ਤੇ ਨਜ਼ਰੀ ਇਸ਼ਨੇ ਤੇ ਮੀ ਹੁਣ ਪਤਾ ਲੱਗਣਾ ਵੀ ਜਿਹੜੇ ਅਸਾਂ ਗੱਲ ਗੱਲਾਂ ਕਰਨੇ ਰਿਆ ਬੜੀ ਉਸਨੇ ਸਜ਼ਾ ਦੱਸੀ ਤੂੰ ਮਾੜਾ ਦੋਸਤ ਹੈ ਤੇ ਮੈਂ ਜਾਣਾ ਵੀ ਤੂੰ ਬਚੀ ਜਾ ਉਸ ਉਸਨਾ ਹੱਥ ਪੋੜਿਆ ਮੱਥੇ ਪਿਆਰ ਦਿੱਤਾ ਤੇ ਪਿਆਰਾਂ ਕੀਆਂ ਮੰਨ ਲਗਾ ਤਾਨਾ ਦੋਸਤਾ ਮੈਂ ਜ਼ਿੰਦਗੀ ਕਦਾ ਤੁਹਾਡੀ ਕੋਈ ਗੱਲ ਮੋੜੀ ਹੈ ਰੋਸ਼ਨੀ ਆਖਿਆ ਨਹੀਂ ਉਸ ਆਖਿਆ ਮੈਂ ਇਹ ਵੀ ਕੰਮ ਹੋਣਾ ਮੈਂ ਕਦਾ ਝੂਠ ਨਾ ਬੋਲਣਾ ਤੂੰ ਗਿਆ ਹੋਇਆ ਤੇ ਕਦਾ ਮੈਂ ਬੇਮਾਨੀ ਨਾ ਕਰਨਾ ਉਹ ਬੜੀ ਯਾਦ ਦੇ ਰੋਣੇ ਸੀ ਅਤੇ ਕਿਸ ਤਰ੍ਹਾਂ ਰੋਸ਼ਨਾ ਹੀ ਬੜਾ ਪਰੇਸ਼ਾਨ ਜਿਹੜਾ ਯੂਬ ਖਾਨ ਜਿਹੜਾ ਪਾਕਿਸਤਾਨ ਦਾ ਸਦਰ ਬਣਿਆ ਡਿਕਟੇਟਰ ਸੀ ਉਸ ਸ਼ੁਰੂ ਕੀਤਾ ਅਧਿਆਤ ਸਧਾਰਨਾ ਪ੍ਰੋਗਰਾਮ ਤਾਂ ਬੇਸਿਕ ਡੈਮੋਕਰੇਸੀ ਜਿਸ ਬੀ ਡੀ ਮੈਂਬਰ ਆ ਇਸਾ ਕੌਂਸਲਰ ਆਨੇ ਨੇ ਹਾਸਾ ਵੀ ਬੀ ਡੀ ਮੈਂਬਰ ਲੋਕਾਂ ਡਰਾਣੇ ਦਾ ਦਵਾ ਦੇ ਕੌਂਸਲਰ ਆਸਾ ਉਸ ਸ਼ੁਰੂ ਕੀਤਾ ਉਹ ਜਿਹੜਾ ਸੀ ਕਾਇਮ ਮੌਲਵੀ ਕੰਟੀਨ ਸੀ ਬਣੀ ਗਿਆ ਮੇਰੀ ਮੈਂਬਰ ਫਿਰ ਉਹ ਬਣੀ ਗਿਆ ਚੇਅਰਮੈਨ ਫਿਰ ਜ਼ਿਲ੍ਹੇ ਦੇ ਚੇਅਰਮੈਨ ਬਣੀ ਗਿਆ ਉਹ ਜ਼ਿਲ੍ਹੇ ਦੇ ਚੇਅਰਮੈਨ ਜਿਹੜੇ ਸੀ ਉਹਨਾਂ ਕੀ ਵਜ਼ੀਰ ਬਣਾ ਗਏ ਸੀ ਫਿਰ ਉਹ ਵਜ਼ੀਰ ਬਣਾਈ ਬਣੀ ਗਿਆ ਤਾਂ ਬੜੀਆਂ ਕਾਰਾਂ ਤੇ ਉੱਡਰ ਤੇ ਦੌੜੇ ਤੇ ਇੱਧਰ ਤੇ ਉੱਧਰ ਉਸਕੀ ਆਪਣਾ ਦੋਸਤ ਰੋਸ਼ਨਦੀਨ ਉਸਨੀ ਮੱਤ ਕਹਿ ਰੋਸ਼ਨਦੀਨ ਹੀ ਪੁੱਟੀ ਗਿਆ ਫਿਰ ਉਹ ਵੀ ਕੋਈ ਸਿਆਸੀ ਉਹ ਬੜਾ ਜ਼ਮਾਨਾ ਉਸ ਕੱਢਿਆ ਆਖਰ ਵਕਤ ਆਈ ਜਾਣਾ ਉਹ ਵੀ ਮਰੀ ਗਿਆ ਪੰਜ ਦਸ ਸਾਲ ਮਰਨ ਲਗਾ ਉਸ ਵੀ ਕੁਸੇ ਰੋਣਿਆ ਕੁਸੇ ਹੱਸਣਿਆ ਬੜੀ ਜਦਾਦ ਛੋੜੀ ਸਾਰਾ ਕੁਝ ਇਹ ਜਿਹੜਾ ਮਰੀ ਗਿਆ ਉਸ ਦਾ ਉਸ ਜ਼ਹਿਰ ਉਸ ਦੁਨੀਆ ਹੋਰ ਸੋਚਿਆ ਇਹਦਾ ਮਾੜਾ ਇੱਕ ਦੋਸਤ ਵੀ ਹੋਣਾ ਸੀ ਰੋਸ਼ਨ ਦੀਨ ਤੇ ਰੋਸ਼ਨ ਦੀਨ ਇਹ ਗੱਲ ਬਾਈ ਉਸ ਆਖਿਆ ਮੀ ਪਤਾ ਲੱਗੀ ਜਾ ਸੀ ਜੇ ਤੂੰ ਇੱਕ ਝੂਠ ਮਾਸੇ ਨਾ ਤਾਂ ਮੈਂ ਇੱਕ ਬਲੇਦਾ ਖਾਸਾ ਜੇ ਤੂੰ ਬੇਮਾਨੀ ਕਰ ਸਕ ਮੈਂ ਦੋ ਬਲੇਦੇ ਖਾਸਾ ਤੇ ਇਹ ਨਾ ਤੂੰ ਆਖਿਆ ਉਹ ਮਰੀ ਗਿਆ ਤੁਸੀਂ ਪਤਾ ਨਹੀਂ ਤੂੰ ਜੋ ਗੱਲ ਕਰ ਸਕ ਮੈਂ ਤਾਂ ਬਲੇਦਾ ਖਾ ਸਕ ਪੁੱਠੀ ਗੱਲ ਕਰ ਸਕ ਉਸ ਆ ਠੀਕ ਹੈ ਉਹ ਜਿਹੜਾ ਉਸ ਆਖੇ ਜਿਹੜਾ ਰੋਸ਼ਨ ਦੀਨ ਹੋਣਾ ਸੀ ਮਾੜਾ ਦੋਸਤ ਉਸ ਕੀ ਲੋੜ ਆ ਉਹ ਫਰਿਸ਼ਤੇ ਪੁੱਛਣਾ ਯਾਰ ਰੋਸ਼ਨ ਦੀਨ ਆਇਆ ਸੀ ਰਹਿੰਦਾ ਨਹੀਂ ਤੂੰ ਜਾਂ ਗੁਰਪੁਰੂ ਜਾਂ ਕੁਦਰੂ ਉਹ ਕਦੇ ਵੀ ਲੋੜੀ ਦਿਓ ਜਨਾਬ ਕੋਟਲੀ ਨੇ ਵੀ 50,000 ਰੋਸ਼ਨ ਦੀਨ ਆਖਿਆ ਜੀ ਉਹ ਫਲਾਣੇ ਗਰਾਏ ਨਾ ਸੀ ਜਾਂ ਪਟਵਾਰੇ ਨਾ ਸੀ ਉਹਨਾਂ ਉਸ ਪਟਵਾਰੇ ਚ 10,000 ਆਏ ਉਹਨਾਂ ਉਹ ਉਸ ਫਲਾਣੇ ਗਰਾਏ ਨਾ ਸੀ ਉਹਨਾਂ ਉਸ ਗਰਾਏ ਚ ਵੀ ਕੋਈ 150 ਆਇਆ ਆ ਤੇ ਰੋਸ਼ਨ ਜੀ ਦਾ ਬਹੁਤ ਜ਼ਿਆਦਾ ਕੋਈ ਹੋਰ ਨਿਸ਼ਾਨੀ ਦੱਸ ਉਸ ਨੇ ਕੋਈ ਮੱਥੇ ਤੇ ਨਿਸ਼ਾਨ ਮੈਂ ਖੁੱਡਾ ਗੁਲਾ ਇਸ ਰੋਜ਼ ਜ਼ਰਾ ਉਸ ਹੀ ਯਾਦ ਆਈ ਉਸ ਆਖਿਆ ਗੱਲੇ ਹੈ ਕਿ ਉਸ ਨਾਲ ਮਾੜਾ ਵਾਇਦਾ ਸੀ ਵਾਇਦਾ ਇਹ ਸੀ ਕਿੰਨੇ ਇੱਕ ਝੂੜ ਮਾਰਿਆ ਜਾਂ ਬੇਮਾਨੀ ਕੀਤੀ ਤਾਂ ਉਸ ਪਿਛਲੇ ਟਾਈਮ ਸੀ ਤਾਂ ਮੈਂ ਤਾਂ ਉਹ ਇੰਨਾ ਸਿਆਸਤਦਾਨ ਮੈਂ ਬਣੀ ਗਿਆ ਵਜ਼ੀਰ ਮੈਂ ਤਾਂ ਬੇਮਾਨੀਆਂ ਬਿਮਾਰੀਆਂ ਕੀਤੀਆਂ ਉਹਦੇ ਨਾਲ ਖਲਦਾ ਸੰਤੂ ਜੀ ਸਾਹਿਬ ਸਭ ਕੁਝ ਹੈ ਲੋੜ ਨਹੀਂ ਇਹ ਰੋਸ਼ਨ ਹੈ ਕੋਈ ਵੀਰ ਹੀ ਨਹੀਂ ਕੰਮ ਕਰਨਾ